ਕੰਨਾਂ ਦਾ ਮਸਲਾ ਤੁਹਾਨੂੰ ਗੱਲ ਤੁਹਾਡੇ ਤੱਕ ਪਹੁੰਚ ਨਹੀਂ ਰਹੀ ਤੁਹਾਡੇ ਜ਼ਿਹਨ ਦਾ ਮਸਲਾ ਕੋਈ ਤੁਸੀਂ ਮਾਡਲ ਹੋ ਤੁਹਾਨੂੰ ਕੋਈ ਸਿਹਤ ਦਾ ਵੀ ਮਸਲਾ ਹੈ ਮੇਰਾ ਖਿਆਲ ਤੁਹਾਨੂੰ ਕੋਈ ਮੇਦੇ ਦਾ ਵੀ ਮਸਲਾ ਲੱਗਦਾ ਮੈਨੂੰ ਕੋਈ ਤੇ ਪਿੱਛੋਂ ਕਿਹੜੇ ਕਿਹੜੇ ਲੰਮੇ ਰੱਖਣੇ ਆ ਕੋਲੋਂ ਪਾਉਣੇ ਵਾਲ ਮੇਰੇ ਤੇ ਹੈ ਹੀ ਨਹੀਂ ਕਹਿੰਦੇ ਤੇ ਲੰਮੇ ਕਿੱਥੇ ਰੱਖਣੇ ਜਿੰਨੇ ਕਹਿ ਗਿਆ ਤੁਸੀਂ ਇਹਨਾਂ ਦੀ ਸੈਟਿੰਗ ਕਰਨੀ ਆ ਜੁੱਤੀ ਲਾ ਲਓ ਜੁੱਤੀ ਲਾ ਲਓ ਗੱਲ ਤੇ ਕਰ ਰਿਹਾ ਸੀ ਚੱਪਲ ਤੇ ਦਵੋ ਮਦਰਸ ਸਾਹਿਬ ਤੁਸੀਂ ਕੋਲ ਖਲੋਤੇ ਸਾਰੇ ਅੰਨੇ ਤੇ ਅੱਜ ਕੀ ਹੈ ਸਾਡੇ ਕੋਲ ਚਿੰਤਨ ਸਾਡੇ ਕੋਲ ਚੀਜ਼ ਓਇਲ ਹੈਗਾ ਚਿੰਤਨ ਪਿਓਰ ਦਾ ਓਇਲ ਹੈਗਾ ਰਿਪਲੇਸਮੈਂਟ ਹੇਅਰ ਮੋਇਸਚਰਾਈਜ਼ਰ ਇਹਦਾ ਕੀ ਫਾਇਦਾ ਜੀ ਇਹ ਵਾਲਾਂ ਨੂੰ ਨਾਜ਼ਰੀਨ ਲਾਓ ਉਹਨਾਂ ਦੀ ਇਹ ਜਿਹੜਾ ਨਰਮਾਹਟ ਵਾਸਤੇ ਉਹ ਸੌਫਟ ਹੋ ਜਾਣਗੇ ਨਾਲੇ ਸਿਲਕੀ ਹੋ ਜਾਣਗੇ ਵਾਲ ਮੋਇਸਚਰਾਈਜ਼ਰ ਜਿਹੜਾ ਵਾ ਆਇਲ ਬਿਹਤਰੀਨ ਚਿਲਤਨ ਪਿਓਰ ਦੀ ਵੈਸੇ ਵੀ ਹਰਬਲ ਚੀਜ਼ਾਂ ਹੁੰਦੀਆਂ ਵਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਅਤੇ ਮਾਸ਼ਾਅੱਲਾ ਸਾਨੂੰ ਬਹੁਤ ਸਾਰੇ ਲੋਕਾਂ ਦੇ ਵੀ ਫੋਨ ਆਉਂਦੇ ਆ ਵੀ ਸਾਨੂੰ ਉਹਨਾਂ ਦੀ ਵੈਬਸਾਈਟ ਦੱਸੋ ਅਤੇ ਤੁਸੀਂ ਔਨਲਾਈਨ ਵੀ ਇਹਨੂੰ ਮੰਗਵਾ ਸਕਦੇ ਹੋ ਅੰਕਲ ਤੁਹਾਡੇ ਵਾਲ ਤੇ ਆਲੇ ਤੁਸੀਂ ਗੋਡੇ ਤੇ ਲਾ ਲਿਆ ਕਰੋ ਨਹੀਂ ਰਹਿਣ ਦੋ ਇੱਥੇ ਲਾ ਲਿਆ ਕਰੋ ਐਵੇਂ ਗੋਡੇ ਵਰਗਾ ਹੀ ਹੈ ਓਏ ਅਕਲਕਾਰ ਕੰਮ ਅੱਖ ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ ਸਾਰੀ ਦੁਨੀਆ ਗਈ ਇਹਨੂੰ ਮਾਨੇ ਇਹ ਚੈਨਲ ਨੰਬਰ 1 ਲਬੇਲਾ ਟੀਵੀ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਜੁਗਤਾਂ ਦੀ ਬਣਦੀ ਕਤਾਰ ਹੋਏ ਵਿਕਿਆ ਦਾ ਨਹੀਂ ਕਾਰੋਬਾਰ ਹੋਏ ਨੂੰ ਵੇਖਦੇ ਸਮੁੰਦਰੋਂ ਪਾਰ ਅਲਬੇਲਾ ਟੀਵੀ ਅਲਬੇਲਾ ਟੀਵੀ ਵੇਖੋ ਜੀ ਵੇਖੋ ਜੀ ਤਾਂ ਸਲੀਮ ਸਾਹਿਬ ਕਿਹੜੇ ਆ ਜੀ ਤੁਹਾਡੇ ਚੋਂ ਜੀ ਜੀ ਮੈਂ ਸਲੀਮ ਉਹ ਸਿਕੰਦਰ ਭਾਈ ਕਹਿੰਦੇ ਸੀ ਉਹ ਸੀਨੀਅਰ ਆ ਤੇ ਉਹਨਾਂ ਨਾਲ ਕਰ ਲਓ ਗੱਲ ਹਾਂਜੀ ਬਿਸਮਿਲ੍ਲਾ ਕਰੋ ਗੱਲ ਕੀ ਗੱਲ ਕੋਈ ਸੀਟ ਖਾਲੀ ਹੈ ਕੋਈ ਤੁਸੀਂ ਆਜ਼ਾਦ ਖਲੋਤੇ ਹੋ ਸੀਟ ਚਾਹੀਦੀ ਤੁਹਾਨੂੰ ਇਹ ਨਹੀਂ ਮੇਰਾ ਮਤਲਬ ਆ ਕਿ ਕੰਮ ਦੀ ਚਾਹੀਦੀ ਐਮ ਐਨ ਏ ਦੀ ਚਾਹੀਦੀ ਸ਼ਕਲ ਤੇ ਤੁਹਾਡੀ ਕਾਉਂਸਲਰ ਵਾਲੀ ਨਹੀਂ ਸਰ ਓਵਰ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਜਰਾ ਜੋਕ ਸ਼ੋਕ ਚੱਲਦੇ ਰਹਿੰਦੇ ਆ ਨਾ ਅੱਛਾ ਜੀ ਮੈਂ ਇੱਕ ਸੀਟ ਤੋਂ ਮੁਰਾਦ ਵੀ ਮੈਂ ਕੰਮ ਕਰਵਾਉਣਾ ਸੀ ਉਹਦੇ ਹਵਾਲੇ ਨਾਲ ਸੀਟ ਦਾ ਨਹੀਂ ਜੀ ਮੈਂ ਆਪਣਾ ਕੰਮ ਕਰਵਾਉਣਾ ਸੀ ਐਕਚੁਅਲੀ ਮੈਂ ਮਾਡਲ ਹਾਂ ਤੇ ਮੇਰੀ ਨਾ ਐਡ ਹੈ ਵੇ ਕਮਰਸ਼ਲ ਆ ਮੇਰੀ ਮਾਡਲ ਕੌਣ ਆ ਮੈਂ ਆਪਣਾ ਹੀ ਮੇਰਾ ਖਿਆਲ ਤੁਹਾਨੂੰ ਇੱਕ ਲੰਮਾ ਪਹਿਲੇ ਦੱਸਿਆ ਵਾ ਤੁਹਾਡੇ ਮਜ਼ਾਕ ਨਾ ਕਰੋ ਦੇਖੋ ਕੋਈ ਕੰਨਾਂ ਦਾ ਮਸਲਾ ਤੁਹਾਨੂੰ ਗੱਲ ਤੁਹਾਡੇ ਤੱਕ ਪਹੁੰਚ ਨਹੀਂ ਰਹੀ ਤੁਹਾਡੇ ਜ਼ਿਹਨ ਦਾ ਮਸਲਾ ਕੋਈ ਤੁਸੀਂ ਮਾਡਲ ਹੋ ਤੁਹਾਨੂੰ ਕੋਈ ਸਿਹਤ ਦਾ ਵੀ ਮਸਲਾ ਹੈ ਮੇਰਾ ਖਿਆਲ ਤੁਹਾਨੂੰ ਕੋਈ ਮੇਦੇ ਦਾ ਵੀ ਮਸਲਾ ਲੱਗਦਾ ਮੈਨੂੰ ਕਾਫੀ ਮਸਲੇ ਨੇ ਹੁਣ ਮੈਂ ਦੱਸ ਨਹੀਂ ਸਕਦਾ ਜਿਗਰ ਦਾ ਵੀ ਤੁਹਾਨੂੰ ਕੋਈ ਲੱਗਦਾ ਮਸਲਾ ਹੈ ਚਲੋ ਆਓ ਤੁਸੀਂ ਕੀ ਕਰਾਉਣਾ ਕੀ ਆ ਜਾਓ ਐਕਚੁਅਲੀ ਸ਼ੂਟ ਆ ਤੇ ਉਹ ਮੈਂ ਚਾਹੁੰਦਾ ਸੀ ਥੋੜਾ ਜਿਹਾ ਫੇਸ ਜਿਹੜਾ ਨਾ ਨੀਟ ਹੋ ਜਾਵੇ ਤੇ ਕਾਹਦਾ ਜੀ ਤੁਹਾਨੂੰ ਕੁਛ ਸਿਰੇ ਸ਼ੂਟ ਕਰਨਾ ਸਰ ਮੈਂ ਦੱਸ ਕੇ ਹਟਿਆ ਕਿ ਮੈਂ ਮਾਡਲ ਆ ਤੇ ਮੈਂ ਸ਼ੈਂਪੂ ਨਾ ਡੈਂਡਰਫ ਕੇਅਰ ਵਾਸਤੇ ਇੱਕ ਸ਼ੈਂਪੂ ਆ ਉਹਦੀ ਐਡ ਦੇ ਰਿਹਾ ਮੈਂ ਸ਼ੈਂਪੂ ਕਿਹੜੇ ਸ਼ੈਂਪੂ ਦਾ ਬੇੜਾ ਗਰਕ ਕਰਨ ਲੱਗੇ ਹਾਂਜੀ ਸਾਡੇ ਤੇ ਵਾਲ ਹੀ ਨਹੀਂ ਭਾਈ ਸ਼ੈਂਪੂ ਵਾਲੇ ਹੈਗੇ ਇਹੀ ਕਰੋ ਸਾਨੂੰ ਡਾਇਰੈਕਟਰ ਪ੍ਰੋਡਿਊਸਰ ਦੀ ਮਰਜ਼ੀ ਆ ਜੀ ਸਾਨੂੰ ਕੀ ਅਸੀਂ ਤੇ ਪੈਸੇ ਲੈਣੇ ਆ ਨਾ ਤੁਸੀਂ ਬੈਠੋ ਸਰ ਬੈਠੋ ਥੈਂਕ ਯੂ ਇਹ ਕਿੱਧਰ ਲੈ ਜਾ ਰਹੇ ਹੋ ਮੈਨੂੰ ਅਸੀਂ ਆਪਣਾ ਬੈਲੈਂਸ ਕਰਨੇ ਹੁੰਦੇ ਆ ਜੀ ਹਾਂਜੀ ਬੈਲੈਂਸ ਕਰੀਦਾ ਨਾ ਇਹਦੇ ਤੋਂ ਐਡੀ ਐਡੀ ਮਹਿੰਗੀ ਸੀਟ ਆ ਜੀ ਤੁਸੀਂ ਸਾਰੀ ਜ਼ਿੰਦਗੀ ਬੈਠੇ ਚਿੰਗ ਚੀਜ਼ ਤੁਹਾਨੂੰ ਨਹੀਂ ਪਤਾ ਲੱਗਣਾ ਹੈਲੋ ਤੇ ਆਪਣਾ ਅਸਦ ਅਸਦ ਇਹ ਭਾਈ ਹੁਣਾਂ ਦਾ ਕੱਪੜਾ ਪਾ ਹੈਲੋ ਕੱਪੜਾ ਕਾਹਦਾ ਪਾਉਣਾ ਨਹੀਂ ਉਹ ਮੁੰਡੇ ਜੂਨੀਅਰ ਆ ਨਾ ਫਿਰ ਕੰਮ ਇੱਦਾਂ ਹੀ ਸਿੱਖਣਾ ਉਹਨਾਂ ਨੇ ਨਹੀਂ 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 ਸਕਾਰਫ ਕਵੀ ਦਾ ਬੰਨੋ ਵੀ ਕੱਪੜਾ ਕੀ ਪਾਉਣਾ ਵਾ ਲਾਸ਼ ਹੈ ਮੈਂ ਦੂਸਰਾ ਬਾਜ਼ੂ ਵਾਲਾ ਲਿਆਓ ਜੀ ਹਾਫ ਹਾਫ ਬਾਜ਼ੂ 'ਚ ਵੀ ਦਿਖਾਓ ਕੋਈ ਹੈ ਤੇ ਨਵੇਂ ਡਿਜ਼ਾਈਨ ਆਏ ਦਿਖਾਉਂਦੇ ਤੁਹਾਨੂੰ ਇੱਥੇ ਕਿਤੇ ਕੱਪੜੇ ਵਾਲੀ ਦੁਕਾਨ 'ਤੇ ਆਏ ਹੋ
ਨਹੀਂ ਨਹੀਂ ਤੁਸੀਂ ਕਹਿੰਦੇ ਨਾ ਬਾਜ਼ੂ ਵਾਲਾ ਹੈ ਇਹ ਸਿਕੰਦਰ ਸਲਵਾਨ ਆ ਭਾਜੀ ਇੱਥੇ ਬੜਾ ਤਸੱਲੀ ਬਖਸ਼ ਕੰਮ ਹੁੰਦਾ ਤੁਸੀਂ ਆ ਗਏ ਹੋ ਸਿਕੰਦਰ ਭਾਈ ਨੂੰ ਮਿਲੇ ਹੋ ਹਾਂਜੀ ਮਿਲਿਆ ਬੈਠੇ ਹੁੰਦੇ ਬੈਠੇ ਹੁੰਦੇ ਹਾਂਜੀ ਬੈਠੇ ਮੈਂ ਮਿਲਿਆ ਉਹਨਾਂ ਬਹੁਤ ਹੀ ਕਪੜਾ ਜੀ ਇਹਦੇ ਉਹਦੇ ਅਮਨ ਦੇ ਅੱਛੇ ਆਦਮੀ ਨੇ ਤੁਸੀਂ ਆਰਟਿਸਟ ਹੋ ਭਾਈ ਮਾਡਲ ਹੋ ਜੀ ਜੀ ਸ਼ੋਬਜ਼ ਨਾਲ ਰਿਲੇਟਡ ਆ ਜੀ ਮੇਰਾ ਕੰਮ ਨਾ ਪਾਓ ਕੀ ਹੋ ਗਿਆ ਬਾਹਾਂ ਇਹ ਇਹ ਬਾਹਾਂ ਭਾਜੀ ਇਹ ਖੁੱਲੀਆਂ ਬਾਹਾਂ ਭਾਈ ਦੇਖੋ ਫਿਟਿੰਗ ਹੀ ਹੈ ਨਹੀਂ ਸਾਈਜ਼ ਕੀ ਤੁਹਾਡਾ ਅੱਗੇ ਕੰਮ ਤੁਸੀਂ ਕੀ ਕਰਨਾ ਵਾ ਜਾਂ ਮੀਡੀਅਮ ਹਾਂਜੀ ਲਾਰਜ ਆਉਣਾ ਤੁਹਾਨੂੰ ਲਾਰਜ ਭਾਈ ਜੀ ਇਹ ਤਾਂ ਇਹ ਹੁੰਦਾ ਵਾ ਤੁਸੀਂ ਇਹ ਪਾ ਕੇ ਮਾਡਲਿੰਗ ਕਰਨੀ ਯਾਰ ਉਹ ਟਿਸ਼ੂ ਲਿਆ ਲਾ ਇਹ ਵਾਲ ਕਿੱਥੋਂ ਕਟਾਏ ਤੁਸੀਂ ਬੇੜਾ ਹੀ ਗਰਕ ਕਰ ਲਿਆ ਸਾਰਾ ਬਸ ਉਹ ਮੇਰਾ ਇੱਕ ਰੈਗੂਲਰ ਹੈ ਵਾ ਮੈਂ ਕਰਵਾ ਬੈਠਾ ਹੈਲੋ ਕੀ ਹੋਇਆ ਬਾਬਾ ਗਲੇ 'ਚ ਪਾਉਂਦਾ ਵਾ ਤੁਸੀਂ ਕੋਈ ਨਹੀਂ ਨਹੀਂ ਮੈਂ ਫੜਿਆ ਗਿਆ ਵਾਂ ਵੀ ਮੈਨੂੰ ਤੁਸੀਂ ਕਿਤੇ ਐਸੀ ਜਗ੍ਹਾ 'ਤੇ ਲਿਜਾਣਾ ਅੱਖਾਂ ਬੰਦ ਨਹੀਂ ਨਹੀਂ ਬਾਅਦ ਟਾਈਮ ਹੁੰਦਾ ਨਾ ਉਹ ਕਸਟਮਰ ਆਪਣਾ ਕੰਮ ਹੁੰਦਾ ਨਹੀਂ ਦੇਖ ਸਕਦਾ ਤੇ ਫਿਰ ਅੱਖਾਂ 'ਤੇ ਲਾ ਦੇ ਨਹੀਂ ਦੇਖਦਾ ਤੁਸੀਂ ਕਿਹੜਾ ਪਿੱਤਾ ਕੱਢਣਾ ਵਾ ਦਾਗ ਦਾ ਨਹੀਂ ਨਹੀਂ ਲਵਾਉਣਾ ਤਾਂ ਕੋਈ ਮਸਲਾ ਨਹੀਂ ਸਾਨੂੰ ਤਾਂ ਕੋਈ ਮਸਲਾ ਨਹੀਂ ਆ ਥੋੜ੍ਹਾ ਜਿਹਾ ਨਰਮ ਕਰੋ ਸਾਹ ਰੁਕ ਰਿਹਾ ਨਹੀਂ ਜਦ ਨਹੀਂ ਉਹ ਤਾਂ ਪਹਿਲਾਂ ਹੀ ਰੁਕ ਰਿਹਾ ਹੁਣ ਜਦੋਂ ਦਾ ਤੁਸੀਂ ਮੇਰੇ ਅੱਗੇ ਬੈਠੇ ਮੇਰਾ ਰੁਕ ਰਿਹਾ ਇਹ ਠੀਕ ਹੈ ਨਾ ਭਾਈ ਹਾਂਜੀ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਅੱਛਾ ਤੇ ਕੀ ਕਰਾਉਣਾ ਕੀ ਕੀ ਹੈ ਜੀ ਤੁਸੀਂ ਫੇਸ ਨੀਟ ਹੋ ਜਾਏ ਇਹ ਤਾਂ ਮੁਸ਼ਕਿਲ ਇਹ ਫੇਸ ਕਰਦੇ ਲੱਗ ਘਰ ਦਾ ਭਾਈ ਇੱਕ ਦੋ ਘੰਟੇ ਬਾਅਦ ਮੇਰਾ ਫੰਕਸ਼ਨ ਆ ਮੇਰੀ ਸ਼ੂਟ ਵਾ ਅੱਛਾ ਤੇ ਤੁਸੀਂ ਫਾਸਟਲੀ ਜੋ ਹੋ ਸਕਦਾ ਵਾ ਉਹ ਕਰੋ ਜੋ ਜਲਦੀ ਜਿਹਦਾ ਰਿਜ਼ਲਟ ਆਵੇ ਤੁਸੀਂ ਜੋ ਜੋ ਕਰਾਉਣਾ ਨਾ ਸਾਨੂੰ ਦੱਸੋ ਅਸੀਂ ਉਹ ਕਰ ਦਿੰਦੇ ਹਾਂ ਕਟਿੰਗ ਕਰਾ ਲਓ ਫਿਸ਼ਲ ਕਰਾ ਲਓ ਆਪਣਾ ਹਾਂਜੀ ਅਤੇ ਇਹ ਤੁਹਾਡੇ ਹਲਕੇ ਜਿਹੜੇ ਨੇ ਨਾ ਥੱਲੇ ਹਾਂਜੀ ਇਹ ਬਹੁਤ ਹਲਕੇ ਨੇ ਤੁਹਾਡੇ ਤੋਂ ਵੀ ਜ਼ਿਆਦਾ ਹਲਕੇ ਨੇ ਇੰਨਾ ਹਲਕੇ ਆ ਨਾ ਇੱਟ ਬੰਨ ਲਾ ਮੈਂ ਇਹ ਵੀ ਡੀਟ ਹੋਣ ਵਾਲੇ ਨੇ ਸਾਰੇ ਨਾ ਇਹ ਪੋਲਿਸ਼ ਹੋਏਗੀ ਤੁਹਾਡੀ ਸਾਰੀ ਇਹ ਕੀ ਇਹਦਾ ਹਾਲ ਆ ਜਿਹੜੇ ਬਲੈਕ ਹੁੱਡਸ ਬਣੇ ਆ ਇਹ ਗੋਡ ਗਿਫਟਡ ਹੈਗੇ ਭਾਈ ਇਹਦਾ ਕੋਈ ਹਾਲ ਨਹੀਂ ਨਾ ਗੋਡ ਗਿਫਟਡ ਇਦਾਂ ਮਾੜੀ ਸ਼ਾਇ ਕਿਹੜੀ ਗੋਡ ਗਿਫਟਡ ਹੁੰਦੀ ਆ ਕੋਈ ਗੋਡ ਗਿਫਟਡ ਇਹ ਤੇ ਮੇਕਅਪ ਦੇ ਦੌਰਾਨ ਤੁਹਾਨੂੰ ਪਤਾ ਸ਼ੂਟ ਤੇ ਰਹਿੰਦੇ ਆ ਆਏ ਦਿਨ ਉਹ ਫਿਰ ਬੇਸ ਲੱਗਦੀਆਂ ਦੂਸਰੀਆਂ ਚੀਜ਼ਾਂ ਧੁੱਪ ਛਾਂ ਫਿਰ ਇਸ ਕਰਕੇ ਇਹਦਾ ਲਾਈਟਾਂ ਦੇ ਅੱਗੇ ਜ਼ਿਆਦਾ ਲਾਈਟਾਂ ਦੇ ਅੱਗੇ ਸਾਡਾ ਕੰਮ ਜਿੱਦ ਸੜ ਗਈ ਤੁਹਾਡੀ ਨਾ ਜ਼ਿਆਦਾ ਲਾਈਟਾਂ ਦੇ ਅੱਗੇ ਰਹਿੰਦਾ ਹਨਾ ਹਾਂਜੀ ਹਾਂਜੀ ਤੇ ਪਹਿਲੇ ਮੈਂ ਕਿੰਨਾ ਵੀ ਇਹਦਾ ਫਲੋ ਕਟਿੰਗ ਕਰ ਦਈਏ ਪਹਿਲੇ ਹਾਂਜੀ ਕਟਿੰਗ ਤੋਂ ਸ਼ੁਰੂ ਹੋ ਜਾਓ ਟਰਾਲੀ ਤੇ ਲਿਆਓ ਕਿੱਥੇ ਇੱਕ ਦੋ ਸੱਤ ਇਹਦਾ ਫਲੋ ਬਣ ਸਕਦਾ ਜੀ ਕਿਹਦਾ ਜੀ ਵਾਲਾਂ ਦਾ ਹੀ ਗੱਲ ਕਰ ਰਹੇ ਹਾਂ ਇਹਦਾ ਭਾਜੀ ਕੱਖ ਨਹੀਂ ਬਣ ਸਕਦਾ ਐਵੇਂ ਤੁਸੀਂ ਫਲੋ 'ਚ ਗੱਲ ਕਰ ਦਿੱਤੀ ਹੈ ਅਸਲ ਦੇ ਵਿੱਚ ਨਾ ਇਹ ਤੁਹਾਨੂੰ ਅੱਛੀ ਲੱਗਦੀ ਕਟਿੰਗ ਅਤੇ ਪਿੱਛੋਂ ਕਿਹੜੇ ਕਿਹੜੇ ਲੰਬੇ ਰੱਖਣੇ ਆ ਕੋਲੋਂ ਪਾਉਣੇ ਵਾਲ ਮੇਰੇ ਤੇ ਹੈ ਹੀ ਨਹੀਂ ਕਿਤੇ ਤੇ ਲੰਮੇ ਕਿੱਥੇ ਰੱਖਣੇ ਜਿੰਨੇ ਕਹਿ ਗਿਆ ਤੁਸੀਂ ਇਹਨਾਂ ਦੀ ਸੈਟਿੰਗ ਕਰਨੀ ਆ ਹੈਲੋ ਹਾਂਜੀ ਇਹ ਨਾ ਐਂਡ ਦਾ ਸੈਸ਼ਨ ਹੁੰਦਾ ਵਾ ਜਦੋਂ ਵਾਲ ਕੰਪਲੀਟ ਕੱਟੇ ਜਾਂਦੇ ਆ ਨਾ ਵਾਲ ਪਹਿਲੇ ਵੀ ਤੁਹਾਡੇ ਤੇ ਪਏ ਆ ਕਿਤੇ ਤੁਸੀਂ ਬੈਠੇ ਆਏ ਹੋ ਪਹਿਲੇ ਮੈਂ ਕਿਹੜਾ ਕਿਤੇ ਪਿੱਛੋਂ ਕਿੱਥੋਂ ਆਇਆ ਵਾ ਵੀ ਜਿਹੜੇ ਮੇਰੇ ਵਾਲ ਪੈ ਗਏ ਕਿਤੇ ਰਸਤੇ 'ਚ ਕਿਤੇ ਬੈਠੇ ਹੋ ਸਲੋਨ 'ਤੇ ਕਿਤੇ ਇਸ ਲਈ ਮੈਂ ਕਹਿ ਰਿਹਾ ਯਾਰ ਵਾਲ ਕੱਟੋ ਨਾ ਪਹਿਲੇ ਆ ਵੀ ਲਾਓ ਯਾਰ ਕੈਸਾ ਮੈਜਿਕ ਹੀ ਹੈ ਨਹੀਂ ਕਿ ਕੋਈ ਐਲਫੀ ਮੰਗਾ ਲਓ ਇਹਦੇ ਲਈ ਨਹੀਂ ਭਾਈ ਇਹਦੇ ਵਿੱਚ ਹੀ ਹੁੰਦਾ ਵਾ ਉਹ ਜਿਹੜੀ ਨਾ ਇਹਦੇ ਅੰਦਰ ਹੀ ਹੁੰਦਾ ਮੈਜਿਕ ਅਸਲ ਦੇ ਵਿੱਚ ਨਾ ਭਾਜੀ ਤੁਹਾਡੇ ਉਹ ਹੱਥ 'ਚ ਨਹੀਂ ਆ ਰਹੇ ਵਾਲ ਮੈਂ ਕੀ ਕਰਾਂ ਹਾਂਜੀ ਇਹ ਵੀ ਐਂਡ ਤੇ ਹੀ ਹੁੰਦਾ ਵਾ ਭਾਈ ਜੀ ਕੀ ਕਿਹੜਾ ਤੁਸੀਂ ਵਾਲਾਂ ਦਾ ਹੀ ਐਂਡ ਆ ਤੇ ਮੈਂ ਸ਼ੁਰੂ ਕਿੱਥੋਂ ਕਰਾਂ ਹੈ ਤੁਹਾਡੇ ਕੋਲ ਵਾਲਾਂ ਦਾ ਹੀ ਐਂਡ ਆ ਨਹੀਂ ਨਹੀਂ ਇਹ ਸਾਰੇ ਪ੍ਰੋਸੈਸ ਜਿਹੜੇ ਆ ਇਹ ਐਂਡ ਤੇ ਲੋਕ ਕਰਦੇ ਹੁੰਦੇ ਆ ਨਹੀਂ ਐਂਡ ਹੋਵੇ ਤਾਂ ਕਰੀਏ ਨਾ ਇਹ ਤੇ ਸਟਾਰਟ ਹੀ ਐਂਡ ਲੱਗਣ ਦੇ ਆ ਮੈਨੂੰ ਤੇਰੇ ਵਾਲਾਂ ਦਾ ਐਂਡ ਲੱਗਾ ਪਿਆ ਹੁਣ ਭਾਈ ਕੰਨ ਨਾ ਲਾ ਦੇਣਾ ਭਾਜੀ ਕਸਾਈ ਦੀ ਦੁਕਾਨ ਤੇ ਆਏ ਤੁਸੀਂ ਕੰਨ ਨਾ ਲਾ ਦੇਣਾ ਇੱਥੇ ਬੜੇ ਬੜੇ ਲੋਕ ਆਉਂਦੇ ਸਨ ਕੰਮ ਕਰਾਉਣ ਵਾਸਤੇ ਨਾ ਸਾਡੇ ਕਸਟਮਰ ਜਿੰਨੇ ਵੀ ਆ ਪੱਕੇ ਪੱਕੇ ਗਾਹਕ ਆ ਸਾਡੇ ਤੁਸੀਂ ਇੱਕ ਵਾਰੀ ਕੰਮ ਕਰਾਓਗੇ ਨਾ ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ ਇੱਥੇ ਭਾਅ ਜੀ ਮਤਲਬ ਦੁੱਲੇ ਵੀ ਤਿਆਰ ਹੁੰਦੇ ਆ ਹੈ ਬਰਾਈਡਰ ਵੀ ਅਤੇ ਕੋਈ ਨਹੀਂ ਅਨਕਰੀਬ ਮੈਂ ਸ਼ਾਦੀ ਕਰਨੀ ਹੈ ਇਨਸ਼ਾਅੱਲਾ ਫਿਰ ਮੈਂ ਇੱਥੇ ਹੀ ਆਵਾਂਗਾ
ਤੁਸੀਂ ਕਰਨੀ? ਹਾਂਜੀ, ਮੇਰੀ ਸ਼ਾਦੀ ਨਹੀਂ ਹੋਈ ਜੇ, ਮੈਂ ਬੈਚਲਰ ਹਾਂ। ਭਾਜੀ ਪਿੱਛੇ ਪੋਨੀ ਪਾਓਗੇ? ਪਿੱਛੇ ਕਿੱਥੇ, 2-4 ਫੁੱਟ ਪਿੱਛੇ ਹੋਰ। ਨਹੀਂ ਨਹੀਂ, ਕੋਈ ਐਸੀ ਗੱਲ ਨਹੀਂ ਸਰ। ਇਹ ਦੇਖੋ ਨਾ, ਇੱਥੇ ਸਾਡੇ ਨਾ ਬੁਰੇ ਲੱਗਣੇ ਤੁਹਾਨੂੰ, ਪਹਿਲੇ ਵੀ ਲੱਗ ਰਹੇ ਨੇ ਤੇ ਹੋਰ ਲੱਗਣਗੇ। ਜਿਹੜੇ ਕੱਟੇ ਆ ਉਹ ਕਿੱਥੇ ਆ ਵਾਲ? ਹੈਂਜੀ, ਜਿਹੜੇ ਕੱਟੇ ਵਾਲ ਆ ਉਹ ਕਿੱਥੇ ਆ? ਕੀ ਗੱਲ, ਵਾਪਸ ਕਰਨੇ ਕਿਸੇ ਨੂੰ? ਕਿਸੇ ਦੇ ਮੰਗਵੇ ਨੀ ਆਏ ਹੋ? ਨਹੀਂ, ਮੈਂ ਕਿਹਾ ਵੀ ਕਟਿੰਗ ਕਰਨ ਡਏ ਹਾਂ, ਲੇਕਿਨ ਪਾਣੀ ਪਤਾ ਕੀ, ਤੁਹਾਡੇ ਹੈ ਹੀ ਇੰਨੇ ਕੁ ਤੇ ਇੰਨੇ ਇੰਨੇ ਹਲਕੇ ਹਲਕੇ ਲੱਥਣੇ ਆ, ਐਵੇਂ ਦੋ ਦੋ ਚਾਰ ਚਾਰ ਵਾਲ ਹੀ ਲੱਥਣੇ ਨੇ। ਅਤੇ ਭਾਅ ਜੀ ਤੁਸੀਂ ਆਪਣਾ ਕੀ ਕੰਮ ਕਰਦੇ ਹੋ ਵੈਸੇ? ਬੋਲੇ ਹੋ, ਤੁਹਾਨੂੰ ਮੈਂ ਹੁਣ ਦੱਸ ਕੇ ਹਟਿਆ ਵੀ ਮੈਂ ਮਾਡਲ ਹਾਂ। ਨਹੀਂ, ਮਾਡਲ ਤਾਂ ਹੁੰਦਾ ਹੀ ਆ ਬੰਦਾ, ਕੰਮ ਕੀ ਕਰਦੇ? ਮਾਡਲਿੰਗ ਹੀ ਕੰਮ ਆ ਹੁਣ ਇਸ ਤੋਂ। ਇਹ ਤਾਂ ਮਾਡਲਿੰਗ ਤਾਂ ਹੈ ਨਾ ਵੀ, ਮਤਲਬ ਚਲੋ ਟੀਵੀ ਦੇ ਉੱਤੇ ਆ ਕੇ ਕਿਸੇ ਚੀਜ਼ ਦੀ ਮਸ਼ਹੂਰੀ ਕਰ ਦੇਣੀ ਤੇ ਮਾਡਲ ਬਣ ਗਏ। ਹਾਂਜੀ ਹਾਂਜੀ, ਕੰਮ ਕੀ ਕਰਦੇ ਹੋ? ਹਾਂਜੀ, ਇਹੀ ਪ੍ਰੋਫੈਸ਼ਨ ਆ ਮੇਰਾ, ਮੈਂ ਮਾਡਲਿੰਗ ਕਰਦਾ। ਨਹੀਂ, ਇਹ ਕੋਈ ਕੰਮ ਤਾਂ ਨਹੀਂ ਨਾ। ਹੁਣ ਕੋਈ ਕਹੇ ਜੀ ਕੀ ਕੰਮ ਕਰਦਾ ਜੀ, ਮੈਂ ਮਾਡਲਿੰਗ ਕਰਦਾ, ਇਹ ਤਾਂ ਕੋਈ ਕੰਮ ਨਹੀਂ ਕਰਦਾ। ਕੰਮ ਜੀ ਮੈਂ ਮਿਸਤਰੀਆਂ ਦਾ ਕਰਦਾ, ਕੋਈ ਕਹਿੰਦਾ ਜੀ ਮੈਂ ਕਬਾੜੀਆਂ ਦਾ ਕੰਮ ਕਰਦਾ ਜੀ, ਮੈਂ ਹੇਅਰ ਸਲੋਨ ਦਾ ਕੰਮ ਕਰਨਾ, ਕੋਈ ਕਹਿੰਦਾ ਜੀ ਮੈਂ ਕਢਾਈ ਦਾ ਕੰਮ ਕਰਦਾ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਭਾਈ ਫੋਟੋ ਸ਼ੂਟ ਹੁੰਦੇ ਆ ਮੇਰੇ, ਤੁਸੀਂ ਫਲੈਕਸ ਕੈਮਰੇ ਦਾ ਕੰਮ ਆ ਨਾ, ਉਹ ਕਰਨਾ ਉਹ ਕਰਦੇ ਆ, ਤੁਸੀਂ ਕੀ ਕਰਦੇ? ਭਾਈ ਮੈਂ ਹੀ ਉਹ ਕੰਮ ਕਰਦਾ, ਤੁਸੀਂ ਜਗ੍ਹਾ ਜਗ੍ਹਾ ਮੇਰੀਆਂ ਫਲੈਕਸਸ ਦੇਖੀਆਂ ਹੋਣਗੀਆਂ, ਮੁਖਤਲਿਫ ਐਡ ਦੀਆਂ ਲੱਗੀਆਂ ਪੂਰੇ ਲਾਹੌਰ 'ਚ। ਯਾਰ ਹੈਲੋ, ਯਾਰ ਇਹ ਕੀ ਕਿਹੜਾ ਤਰੀਕਾ ਵਾ, ਕਿਹੜਾ ਤਰੀਕਾ ਵਾ ਭਾ, ਅਕਲ ਘਰ ਯਾਰ, ਅਕਲ ਘਰ। ਯਾਰ ਬਸ ਕਰ, ਤੂੰ ਤੇ ਐਂ ਵਾ ਖੱਟੀਆਂ ਨੂੰ ਸਪਰੇ ਕਰਨ ਡਿਆ, ਏਦਾਂ ਵੀ ਡਰਾਈ ਕਰਦੇ ਲੋਕ ਜੀ ਵੀ ਯਾਰ। ਇਹਦੇ ਨਹੀਂ ਕਹੀਦਾ ਹੁੰਦਾ, ਕਹੀਦਾ ਫੋਮ ਲਾਓ ਸਾਹਿਬ ਦੇ ਜਾਂ ਸਰ ਦੇ ਜਾਂ ਬੌਸ ਦੇ, ਚੰਗੇ ਸੀਨੀਅਰ ਹੋ ਤੁਸੀਂ। ਮਾਡਲ ਦੇ ਲਾਓ ਜੀ, ਮਾਡਲ ਮਾਡਲ ਠੀਕ ਆ। ਹਾਂਜੀ ਹਾਂ, ਇਹ ਕਹਿ ਦੇ ਤੇ ਉਹ ਹੋਏ ਤੁਹਾਨੂੰ ਖਾਣ ਪੀਣ ਲਈ ਤੇ ਅਸੀਂ ਪੁੱਛਿਆ ਹੀ ਨਹੀਂ ਕੀ ਖਾਣਾ। ਨਹੀਂ ਨਹੀਂ, ਤੁਸੀਂ ਜਾਂਦੇ ਆ ਪੁੱਛਿਓ ਜਦੋਂ ਮੈਂ ਦੁਕਾਨ ਚੋਂ ਨਿਕਲ ਜਾਵਾਂਗਾ ਨਾ। ਨਹੀਂ, ਚਾਹ ਅਕਸਰ ਦੁਕਾਨ ਵਾਲੇ ਇਹੀ ਕਰਦੇ ਆ। ਇੱਥੋਂ ਗੁੜ ਵਾਲੀ ਚਾਹ ਮਿਲਦੀ, ਬਹੁਤ ਅੱਛੀ ਗੁੜ ਵਾਲੀ। ਹਾਂਜੀ, ਨਾਲ ਬਿਸਕਿਟ ਵੀ ਹੁਣ ਤੇ ਜ਼ਿਆਦਾ ਬਿਹਤਰ। ਤੁਸੀਂ ਮਾਡਲ ਨਹੀਂ? ਮਾਡਲ ਹੀ ਆ ਕੀ, ਮਾਡਲ ਨੂੰ ਲੰਘਦੇ ਨਹੀਂ ਬਿਸਕਿਟ। ਬਿਸਕੁਟ ਕਿਹੜੇ ਖਾਣੇ ਤੁਸੀਂ? ਨਮਕੀਨ ਮੰਗਾ ਲਓ ਮਿੱਠੇ, ਤੇ ਨਾਮ ਪਤਾ ਕੋਈ ਨਹੀਂ? ਨਹੀਂ, ਨਾਮ ਮੈਂ ਕੀ ਲੈਣਾ, ਬਸ ਤੁਸੀਂ ਬੇਕਰੀ ਅੱਛੀ ਜਿਹੀ ਤਾਂ ਮੰਗਾ ਲਓ। ਵੈਸੇ ਤਾਂ ਮੈਨੂੰ ਭੁੱਖ ਲੱਗੀ ਆ, ਲੇਕਿਨ ਕੋਈ ਨਹੀਂ, ਚਲੋ ਫੋਮ ਲਾ ਲਈਏ ਤੁਹਾਨੂੰ ਸਲਾਈਸ ਤੇ, ਅੰਦਰੋਂ ਵੀ ਮੈਲ ਨਿਕਲ ਜਾਏਗੀ ਤੁਹਾਡੇ। ਯਾਰ ਇਹ ਜਾਲੀ ਜੀ ਫੋਮ ਲਾਉਂਦੇ ਆ, ਤੂੰ ਸਹੀ ਤਰ੍ਹਾਂ ਭਰਮੀ ਲਾ, ਜਿਸ ਤਰ੍ਹਾਂ ਪਹਿਲੀ ਸ਼ੇਪ ਤੇ ਲਾਈਦੀ ਆ। ਉਹ ਭਰਮੀ ਕੀ ਆ, ਜਦੋਂ ਪਹਿਲਾ ਕੋਟ ਲੱਗਣਾ ਤੁਹਾਡੇ ਜੀ? ਪਹਿਲਾ ਕੋਟ ਤੇ ਹੀ ਫੋਮ ਅੱਛੀ ਲਾਈਦੀ ਆ, ਦੂਸਰੇ ਤੇ ਤਾਂ ਘੱਟ ਲੱਗਦੀ ਆ। ਨਹੀਂ 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 ਨਹੀਂ, ਸਾਡਾ ਆਪਣਾ ਹਿਸਾਬ ਆ ਸਰ। ਕੀ ਕਿਹੜਾ ਹਿਸਾਬ? ਜਾਂਦੇ ਰਹੇ ਉੱਥੇ ਕਿਤੇ ਗਲਤ ਹਿਸਾਬ ਆ ਤੁਹਾਡੇ ਥੱਲੇ, ਜਿਹਦੇ ਸ਼ੀਸ਼ਾ ਲੱਗਾ ਹੁੰਦਾ, ਸਾਰੇ ਘੱਟਾ ਮਿੱਟੀ ਵੀ ਤੁਹਾਡੇ ਦੇ ਪੈਰ, ਅਗਲਾ ਟੱਕ ਦੇ ਉੱਤੇ ਫੜਕੜੀ ਮਲੀ ਜਾ ਰਿਹਾ, ਉੱਥੇ ਜਾਂਦੇ ਹੋ ਤੁਸੀਂ?
ਇੱਕੋ ਬਲੇਡ ਨਾਲ 20 ਸ਼ੇਪਾਂ ਕਰ ਦਿੰਦੇ ਅਗਲੇ ਉਹਦੇ ਨਾਲ ਤੁਹਾਨੂੰ ਪਤਾ ਜਰਾਸੀਮ ਹੁੰਦੇ ਨੇ ਹੈਪੇਟਾਈਟਿਸ ਸੀ ਹੁੰਦਾ ਉਹਦੇ ਨਾਲ ਆਪਣਾ ਬ੍ਰਸ਼ ਬਲੇਡ ਟਾਵਲ ਇਹ ਚੀਜ਼ਾਂ ਆਪਣੀਆਂ ਇਸਤੇਮਾਲ ਕਰਨੀਆਂ ਚਾਹੀਦੀਆਂ ਇਹ ਹੁਣ ਜਾਂਦੇ ਆ ਤੁਸੀਂ ਲੈ ਜਾਣਾ ਸਾਡੇ ਕਿਸੇ ਕੰਮ ਨਹੀਂ ਚਲੋ ਮੈਂ ਇੱਥੇ ਡਰਾਈ ਨੂੰ ਵੀ ਹੱਥ ਲਾਉਂਦਾ ਵਾਂ ਫਿਰ ਹਾਂਜੀ ਮੈਂ ਡਰਾਈ ਮਸ਼ੀਨ ਨੂੰ ਵੀ ਹੱਥ ਲਾ ਦਿੰਦਾ ਇਹ ਵੀ ਲੈ ਜਾ ਫਿਰ ਮੈਂ ਉਦਾਂ ਤਾਂ ਤੂੰ ਸਾਡੇ ਗੋਡਿਆਂ ਨੂੰ ਵੀ ਹੱਥ ਲਾ ਕੇ ਜਾਏਗਾ ਪੁੱਤਰ ਇਹ ਦੇਖੋ ਮਾਡਲ ਹੈਗਾ ਜਿਹੜਾ ਭਰ ਕੇ ਲਾਓ ਉਹਨਾਂ ਦੇ ਭਰਮਾਂ ਜਿੱਦਾਂ ਉਹ ਭਰਮਾਂ ਕੰਮ ਕਰਦੇ ਨਾ ਤੁਸੀਂ ਭਰਮਾਂ ਕਰੋ ਇਹ ਹੁਣ ਠੀਕ ਹੈ ਸਰ ਯਾਰ ਹੋਂਟਾਂ ਤੋਂ ਤੇ ਲਾਓ ਕੀ ਗੱਲ ਹੋਂਟਾਂ ਤੇ ਮਤਲਬ ਤੁਸੀਂ ਗਜ਼ਲ ਗਾਉਣ ਲੱਗੇ ਕਿਹੜਾ ਰੈੱਡ ਬੁੱਲ ਪੀਣਾ ਤੁਸੀਂ ਰੈੱਡ ਬੁੱਲ ਮੰਗਾਵਾਂ ਤੁਹਾਡੇ ਵਾਸਤੇ ਮੰਗਾ ਲਓ ਰੈੱਡ ਬੁੱਲ ਮੰਗਾ ਲਓ ਚਾਏ ਮੰਗਾ ਲਓ ਨਾਲ ਬਲੇਡ ਨਵਾਂ ਪਾਉਣਾ ਹੈ ਬਲਕਿ ਉਹ ਜਿਹੜਾ ਸੀ ਆਪਣਾ ਗੋਲਡਨ ਦਾ ਰੇਜ਼ਰ ਹੈਗਾ ਇਹ ਦੇਖੋ ਭਾਈ ਇਹ ਤੁਹਾਨੂੰ ਕਿਤੋਂ ਵੀ ਨਹੀਂ ਮਿਲੇਗਾ ਇਹ ਸੋਨਾ ਹੈਗਾ ਜੀ ਸਾਰਾ ਚਲੋ ਮੈਂ ਹੈ ਜੀ ਇਹ ਸੋਨੇ ਦਾ ਇਹਦਾ ਸਾਈਡ ਇਫੈਕਟ ਹੀ ਕੋਈ ਨਹੀਂ ਕਿਹੜਾ ਸੋਨੇ ਦਾ ਥੱਲੇ ਲਿਖਿਆ ਜੀ ਸਿਕੰਦਰ ਸਲੋਨ ਵਾਲਿਆਂ ਦਾ ਨਾ ਆਪਣਾ ਸਾਡਾ ਆਪਣਾ ਤਿਆਰ ਕਰਦਾ ਉਹ ਵਜ਼ੀਰਾਬਾਦ ਤੋਂ ਜਿੰਨੇ ਮਰਜ਼ੀ ਬਣਵਾ ਲਓ ਲੈ ਆਪਣਾ ਤਿਆਰ ਕਰਦਾ ਤੁਹਾਡਾ ਲੈ ਏਡੀ ਪਿੱਛੇ ਫੈਕਟਰੀ ਲਾਈਏ ਉਹ ਯਾਰ ਇਹਨੂੰ ਤੇ ਬੈਲੈਂਸ ਕਰ ਲਓ ਆ ਇੱਕ ਇੱਕ ਜਗ੍ਹਾ ਹੀ ਕਿੰਨੀ ਝੱਗ ਲਾਤੀ ਹੈ ਉਹ ਭਾਜੀ ਉਹਦੇ ਵਿੱਚ ਆ ਜਾਣੀਆਂ ਹੁਣ ਕੋਈ ਮਸਲਾ ਨਹੀਂ ਹੈਲੋ ਜੀ ਚਲੋ ਜੀ ਆਪਣਾ ਬਲੇਡ ਪਾਇਆ ਨਵਾਂ ਹਾਂਜੀ ਲਾਓ ਇਹਨਾਂ ਦੇ ਤੁਸੀਂ ਆਪ ਨਾ ਹੱਥ ਲਾਓ ਭਾਜੀ ਲਾਉਣਾ ਹੀ ਆ ਤੁਸੀਂ ਤੇ ਨਾਸਾਂ ਤੱਕ ਤੇ ਫੋਮ ਚੜਾਤੀ ਹੈ ਕਿਹੜੀ ਕਰਾਉਣੀ ਤੁਸੀਂ ਆਪਣਾ ਸ਼ੇਵ ਮੂੰਹ ਦੀ ਹੁੰਦੀ ਆ ਔਰ ਸ਼ੇਵ ਇਹਦੇ ਚ ਕੁਆਲਿਟੀਆਂ ਵੀ ਹੁੰਦੀਆਂ ਨਾ ਨਹੀਂ ਨਹੀਂ ਉਹ HD ਨਹੀਂ ਹੈ ਜਿਹੜੀ ਅਲਟਰਾ HD ਹੈ ਨਾ ਉਹ ਕਰਾਉਣੀ ਅਲਟਰਾ HD ਹਾਂਜੀ ਹੈਲੋ ਉਥੋਂ ਉਹ ਕਿਸੇ ਚੀਜ਼ ਨੂੰ ਅੱਗ ਲਾ ਕੇ ਲਿਆਓ ਹੈਲੋ ਨਹੀਂ ਨਹੀਂ ਹਾਂ ਉਹ ਅੰਦਰ ਚਾਹੀਦਾ ਤੁਹਾਡੇ ਵਾਸਤੇ ਤੇ ਨਹੀਂ ਅੱਛਾ ਅੱਛਾ ਰਹਿਮਾਨ ਜੀ ਇਹਨਾਂ ਦਾ ਸ਼ੇਪ ਕਰਕੇ ਨਾ ਤੇ ਅੰਦਰ ਲੈ ਮੈਂ ਦੂਜਾ ਸਮਾਨ ਰੈਡੀ ਕਰ ਲਾਂ ਜੀ ਲੈ ਸਮਾਨ ਕਹਿੰਦਾ ਹੀ ਨਹੀਂ ਕੋਈ ਸਲੋਨ ਵਾਲਾ ਸਮਾਨ ਦੂਸਰਾ ਸਮਾਨ ਭਾਜੀ ਅੱਖਾਂ ਬੰਦ ਕਰ ਲਓ ਤਮਾਸ਼ਾ ਦਿਖਾਉਣ ਜੀ ਭਾਜੀ ਤੁਹਾਨੂੰ ਫੋਟੋ ਵਿਖਾਉਣੀ ਉਹ ਯਾਰ ਮੇਰੀ ਗੱਲ ਇਹ ਭਾਜੀ ਪਤਾ ਕੀ ਯਾਰ ਆਰਟ ਲੋਸ਼ਨ ਹੈਗਾ ਜਿਹੜਾ ਨਾ ਲੱਗਦਾ ਅਤੇ ਅੱਖਾਂ 'ਚ ਨਹੀਂ ਪੈਣਾ ਚਾਹੀਦਾ ਇਸ ਲਈ ਮੈਂ ਕਹਿ ਰਿਹਾ ਕੀ ਹੋਇਆ ਉਹ ਇਹ ਤੌਲੀਆ ਨਹੀਂ ਲਾਈਦਾ ਹੋਏ 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 ਕੀ ਹੋਏ ਹੋਏ ਬਹੁਤ ਬੁਰਾ ਚੁਭਿਆ ਦੋ ਮਿੰਟ ਬਾਅਦ ਠੰਡ ਪੈ ਜਾਣੀ ਤੁਹਾਨੂੰ ਤੈਨੂੰ ਮਾਰ ਕੇ ਠੰਡ ਪੈ ਗਈ ਹੈ ਉਹ ਚੁਭਣ ਵਾਲਾ ਵਾ ਯਾਰ ਸਾਰਾ ਉਹ ਮੇਰੀ ਜੌਬ ਹੈ ਸਾਰੇ ਚੁਭਣ ਵਾਲੇ ਉਹ ਜੌਬ ਤੇਰੀ ਤਕਲੀਫ ਦੇਣਾ ਤੇਰੀ ਜੌਬ ਉਧਰ ਝਾੜੀ ਦਾ ਯਾਰ ਪਰੇ ਝਾੜ ਭਾ ਕੈਸਾ ਸੀਨੀਅਰ ਆ ਤੂੰ ਜਗ੍ਹਾ ਹੈ ਨਹੀਂ ਗੀ ਲੈ ਜਗ੍ਹਾ ਤੈਨੂੰ ਕਿ ਢਾਈ ਮਰਲੇ ਚਾਹੀਦੇ ਤੌਲੀਏ ਵਾਸਤੇ ਮੈਂ ਬੱਚੇ ਰੱਖਣੇ ਆ ਤੁਸੀਂ ਆਓ ਅੰਦਰ ਆਓ ਉਠੋ ਉਠਾਓ ਯਾਰ ਇਹਨਾਂ ਨੂੰ ਲੈ ਉਠਾਓ ਨਹੀਂ ਸਰ ਜੀ ਅੰਦਰ ਆ ਜਾਓ ਉਹ ਠੀਕ ਉਹ ਇੱਧਰ ਯਾਰ ਚੋਰ ਫੜਿਆ ਤੂੰ ਜਾ ਅੱਗੇ ਮੈਂ ਆ ਰਿਹਾ ਬਾਂਹ ਕਾਹਦੀ ਫੜਦਾ ਸਰ ਇੱਥੇ ਆਓ ਤੁਸੀਂ ਬੈਠੋ ਸੀਟ ਤੇ ਜੁੱਤੀ ਲਾ ਲਓ ਗੱਲ ਤੇ ਕਰ ਰਿਹਾ ਸੀ ਚੱਪਲ ਤੇ ਲਵੋ ਹਜ਼ਰਤ ਸਾਹਿਬ ਤੁਸੀਂ ਕੋਲ ਖਲੋਤੇ ਬੈਠੋ ਸਾਰੇ ਅੰਨੇ ਪਲੇਅਰ ਰੱਖੇ ਕੈਸੀਆਂ ਐਨਕਾਂ ਲਾਈਆਂ ਤੋ ਅਸੀਂ ਆਪ ਲਾ ਲੈਨੇ ਆ ਹੈਲੋ ਚੱਪਲ ਕਰਨੀ ਕੀ ਤੁਸੀਂ ਯਾਰ ਕੋ ਚੱਪਲ ਸੈਂਡਲ ਦੇਤੇ ਆ ਕੋ ਚੱਪਲ ਦਵੋ ਰਫ ਚੱਪਲ ਜਿਹੜੀ ਹੁੰਦੀ ਆ ਇਹ ਰਫ ਹੀ ਆ ਜੀ ਤੁਹਾਨੂੰ ਪਤਾ ਕੋ ਦੁਨੀਆ ਤੇ ਰਫ ਚੱਪਲ ਵੀ ਹੁੰਦੀ ਆ ਨਾਲੇ ਜਿਹੜੀ ਚੀਜ਼ ਤੂੰ ਪਾ ਲੈਣੀ ਉਹ ਰਫ ਹੀ ਹੋ ਜਾਣੀ ਯਾਰ ਬਾਈ ਇਹ ਸ਼ੂਜ਼ ਉਠਾ ਯਹਾਂ ਸੇ ਉਠਾ ਲਓ ਯਾਰ ਨਹੀਂ ਨਹੀਂ ਇੱਥੋਂ ਨਹੀਂ ਕੋਈ ਚੁੱਕਦਾ ਸਰ ਪੈਰ ਨਾ ਬੜੇ ਕਰਦੇ ਚੁੱਕਣ ਵਾਲੇ ਪੈ ਹੀ ਇੱਕ ਮਿੰਟ ਹੈ ਜ਼ਰਾ ਤੁਹਾਡੇ ਨਾਲ ਕੋਈ ਵਾਈਟ ਸ਼ੈ ਲੱਗੀ ਹੈ ਪੂਰੇ ਜਿਸਮ 'ਚ ਕੋਈ ਵਾਈਟ ਹੈ ਇਹ ਤੁਹਾਡੇ ਵਾਈਟਨੈਸ ਤਾਂ ਨਹੀਂ ਬਾਹਰ ਆ ਰਿਹਾ ਹੁਣ ਠੀਕ ਹੈ ਜੀ ਬਿਹਤਰੀਨ ਹੋ ਗਿਆ ਹੈਲੋ ਜੀ ਲਓ ਜੀ ਜ਼ਰਾ ਖੱਬਾ ਪੈਰ ਪਹਿਲੇ ਵਿੱਚ ਪਾਓ ਨਹੀਂ ਖੱਬੇ ਸੱਜੇ ਦਾ ਵੈਸੇ ਕੋਈ ਇਸ਼ੂ ਤਾਂ ਕੋਈ ਨਹੀਂ ਹੁੰਦਾ ਜਿਹੜਾ ਮਾਈ ਜਾ ਨਾ ਅਸਲ ਦੇ ਵਿੱਚ ਖੱਬਾ ਪਾਓਗੇ ਨਾ ਹਾਂਜੀ ਇਹ ਤੁਹਾਡੇ ਨਾਖੂਨ ਤੋਂ ਲੈ ਕੇ ਚੀਚੀ ਤੋਂ ਲੈ ਕੇ ਦਿਲ ਦੀਆਂ ਲਾੜਾਂ ਤੀਕਰ ਅੰਦਰੋਂ ਸਾਰਾ ਧੁੱਪ ਜਾਓਗੇ ਇਹ ਕਾਰਡੀਓਲੋਜੀ ਜੀ ਵੀ ਰਹੇ ਹੋ ਤੁਸੀਂ ਕਿਉਂਕਿ ਇਨਸਾਨ ਦੀਆਂ ਸਾਰੀਆਂ ਲਾੜਾਂ ਜਿਹੜੀਆਂ ਨਾ ਇਸ ਜਗ੍ਹਾ 'ਤੇ ਆਉਂਦੀਆਂ ਇਹ ਜਗ੍ਹਾ
ਨਹੀਂ ਪੜ੍ਹੇ ਤੇ ਕਾਫੀ ਲੱਗਦੇ ਹੋ ਨਾੜਾਂ ਕਹਿ ਰਹੇ ਹੋ ਤੁਸੀਂ ਆਪੇ ਹੀ ਵਿੱਚ ਪੈਰ ਪਾ ਲਓਗੇ ਨਹੀਂ ਤੁਹਾਡੀ ਜ਼ਿੰਮੇਵਾਰੀ ਆ ਤੁਸੀਂ ਪਾਓ ਪੈਰ ਨਾਲੀ 'ਚ ਤਾਂ ਆਪੇ ਹੀ ਸੁਣ ਲੈਣਾ ਸੀ ਨਹੀਂ ਤੁਸੀਂ ਕਿਹੜਾ ਫਾਲਜ ਹੋਇਆ ਤੁਹਾਨੂੰ ਨਹੀਂ ਸਰ ਇਹਨੂੰ ਵਿੱਚ ਯਾਰ ਪਾਣੀ ਆ ਥੱਲੇ ਯਾਰ ਖੁਦਾ ਦਾ ਖੌਫ ਘਰ ਇਹ ਵੀ ਚੁੱਕੋ ਹੁਣ ਜ਼ਰਾ ਖੱਬਾ ਇਹ ਕਰੋ ਬੇਟਾ ਉੱਪਰ ਕਰੋ ਥੋੜ੍ਹਾ ਜਿੰਨਾ ਵੀ ਆਪਣਾ ਕੈਮੀਕਲ ਆ ਨਾ ਇਹਨਾਂ ਦੇ ਪੈਰਾਂ ਤੇ ਸੁੱਟੋ ਅੱਛਾ ਜੀ ਉੱਬਲਣਗੇ ਤੁਹਾਡੇ ਪੈਰ ਧੂੰਆਂ ਨਿਕਲੇਗਾ ਤੇ ਘਬਰਾਉਣਾ ਨਹੀਂ ਧੂੰਆਂ ਕਿਉਂ ਨਿਕਲੇਗਾ ਅੱਗ ਲਾਉਣ ਲੱਗਿਆ ਪੈਰਾਂ ਨੂੰ ਸਰ ਇਹ ਧੂੰਆਂ ਨਿਕਲਣਾ ਹੀ ਨਿਕਲਣਾ ਜਿੱਦਾਂ ਦੇ ਧੂੰਆਂ ਕਿਉਂ ਨਿਕਲਣਾ ਸਿਰੀ ਭੁੰਨਣ ਲੱਗੇ ਤੁਸੀਂ ਯਾਨੀ ਕਿ ਮੈਂ ਤਾਂ ਕੱਲ੍ਹ ਪਰਸੋਂ ਕਰਾਇਆ ਵਾ ਦੋ ਦਿਨ ਹੋਏ ਅਜੇ ਨਹੀਂ ਸਿਰੀ ਤਾਂ ਨਹੀਂ ਓਏ ਇੰਨਾ ਠੰਡਾ ਪਾਣੀ ਹੋਇਆ ਨਾ ਇੱਥੋਂ ਤੀਕਰ ਗਈ ਨਾ ਯਾਰ ਤੁਸੀਂ ਨੀਮ ਗਰਮ ਪਾਣੀ ਕਰ ਲੈਂਦੇ ਅਗਰ ਕਰਨਾ ਵਾ ਨਹੀਂ ਨਹੀਂ ਨੀਮ ਗਰਮ ਖਤੀ ਵੀ ਨਹੀਂ ਕਰਾਉਣੇ ਉਹਦੇ ਨਾਲ ਨਾ ਸੌ ਬਿਮਾਰੀਆਂ ਲੱਗਦੀਆਂ ਠੰਡਾ ਜਿਹੜਾ ਪਾਣੀ ਹੈ ਨਾ ਇਹ ਦਿਮਾਗ ਤਾਂ ਕਸਰ ਕਰਦਾ ਲੈ ਦਿਮਾਗ ਠੰਡੇ ਪਾਣੀ 'ਚ ਤੁਸੀਂ ਪੈਰ ਪਾਉਣਾ ਗਾਲ ਵੀ ਨਿਕਲ ਜਾਂਦੀ ਯਾਰ ਹੁੰਦੀ ਜੰਮੀ ਹੁੰਦੀ ਆ ਉਹ ਨਿਕਲ ਜਾਂਦੀ ਮੈਂ ਤੁਹਾਨੂੰ ਕਿਹਾ ਸੀ ਨਾ ਉਬਲਣੇ ਆ ਇਹ ਉਬਲ ਰਿਹਾ ਨਾ ਹਾਂ ਉਬਲ ਰਿਹਾ ਇੱਕ ਦੋ ਬਾਅਦ ਜਦੋਂ ਪਾਵੇ ਪੱਕ ਜਾਂਦਾ ਇਹ ਕੌਲੀ 'ਚ ਸ਼ੋਰਬਾ ਪਾ ਕੇ ਦੇਣਾ ਇਹਨਾਂ ਨੂੰ ਹੈਲੋ ਨਹੀਂ ਫਿਰ ਤੁਸੀਂ ਨਮਕ ਕਿੰਨਾ ਕੁ ਪਾਉਣਾ ਨਮਕ ਮਿਰਚ ਸਪਾਈਸੀ ਤਰੀ ਕਰਨੇ ਨਹੀਂ ਨਹੀਂ ਮੈਨੂੰ ਬਲੱਡ ਪ੍ਰੈਸ਼ਰ ਦਾ ਮਸਲਾ ਹਲਕਾ ਹੀ ਰੱਖਿਓ ਦੇਖਿਆ ਭਾਈ ਤੁਸੀਂ ਓਏ ਹੋਏ ਹੋਏ ਇਹ ਸਕ੍ਰੈਪ ਅਸੀਂ ਕਰਨ ਲੱਗੇ ਹਾਂ ਤੁਹਾਡੇ ਪੈਰਾਂ ਨੂੰ ਇਹ ਕਿਹੜੀ ਚੀਜ਼ ਆ ਜੀ ਕਲੀਨਜ਼ਿੰਗ ਕਲੀਨਜ਼ਿੰਗ ਇੱਥੇ ਵੀ ਲਾਉਣੀ ਹੈ ਉਹ ਪੈਰਾਂ ਦੀਆਂ ਚੀਜ਼ਾਂ ਵਾ ਭਾਓ ਯਾਰ ਮੂੰਹ ਤੇ ਲਵਾ ਜੋ ਵਿਖਾਉਣਾ ਹੀ ਤੂੰ ਪੈਰ ਕਿੰਨੇ ਵੇਖਣੇ ਤੇਰੇ ਲਓ ਜੀ ਮੈਂ ਐਕਚੁਅਲੀ ਇੱਕ ਸ਼ੂਜ਼ ਦੀ ਪ੍ਰੋਡਕਟ ਦੀ ਨਾ ਮੈਂ ਐਡ ਦੇਣੀ ਆ ਮੈਂ ਇਸ ਕਰਕੇ ਮਰੇ ਸ਼ੂਜ਼ ਪੈਰ ਦੇ ਵਿੱਚ ਆ ਜਾਣਾ ਵਾ ਤੂੰ ਯਾਦ ਤੂੰ ਆਪਣਾ ਜਿਹੜੀਆਂ ਲੱਤਾਂ ਬਾਹਾਂ ਜੋੜਨ ਵਾਲੇ ਹੁੰਦੇ ਉਹ ਮਾਡਲਿੰਗ ਕਰਦੇ ਤੇਰੀ ਗਿੱਟਾ ਦਿਖਾਈਏ ਨਿਕਲਿਆ ਕਿਤੋਂ ਲੱਤ ਟੁੱਟੀ ਵਿਖਾਈਏ ਹੈਲੋ ਹਵੇਲਾ ਉਹ ਮੁੰਡਾ ਤੇਰੇ ਪੈਰੀ ਪਿਆ ਵਾ ਤੇਰੇ ਜੰਮਣ ਵਾਲੇ ਤੇਰੇ ਪੈਰੀ ਨਹੀਂ ਕਦੀ ਪਏ ਇਹ ਐਨਕਾਂ ਇਹਨਾਂ ਨੂੰ ਕੋਈ ਕੰਪਨੀ ਵੱਲੋਂ ਮਿਲੀਆਂ ਵਾ ਕਿ ਕੋਈ ਨਜ਼ਰ ਦਾ ਮਸਲਾ ਇੰਨਾ ਸਾਰਾ ਤੇ ਆਤਨ ਲਵਾਈਆਂ ਵਾ ਇਹਦੇ ਵਿੱਚੋਂ ਜਿਹੜੇ ਮਤਲਬ ਕੈਮੀਕਲ ਤੇਰੇ ਪੈਰਾਂ 'ਚੋਂ ਨਿਕਲਣੇ ਨਾ ਅੱਖਾਂ ਨੂੰ ਵੀ ਪੈ ਸਕਦੇ ਆ ਬੇਟਾ ਧਿਆਨ ਨਾਲ ਜ਼ਰਾ ਹੈ ਨਾ ਕਸਟਮਰ ਜਾਣਾ ਨਹੀਂ ਚਾਹੀਦਾ ਇੱਥੋਂ ਅੱਜ ਹਾਂਜੀ ਨਹੀਂ ਮੈਂ ਕਿਹਾ ਮੁੜ ਕੇ ਮਤਲਬ ਆਉਂਦਾ ਰਹੇ ਇੱਥੋਂ ਜਾਵੇ ਨਾ ਅੱਛਾ ਅੱਛਾ ਤੁਸੀਂ ਸਿਰਫ ਇੱਥੇ ਮੋਨੀਟਰਿੰਗ ਹੀ ਕਰਨੀ ਹੁੰਦੀ ਆ ਅੰਪਾਇਰ ਬਣੇ ਹੋ ਪੈਰਾਂ ਦਾ ਨਹੀਂ ਮੈਂ ਮਤਲਬ ਤੁਸੀਂ ਆਪ ਨਹੀਂ ਕੰਮ ਕਰਦੇ ਮੁੰਡੇ ਜਿਹੜੇ ਇਹਨਾਂ ਨੇ ਸਿੱਖ ਕੇ ਜਾਣਾ ਬਾਹਰ ਦੇ ਮੁਲਕ ਬਾਹਰ ਦੇ ਮੁਲਕ 'ਚ ਬੜਾ ਕੰਮ ਹੈ ਤੇ ਤੁਸੀਂ ਬਾਹਰੋਂ ਕੱਢੇ ਇੱਧਰ ਆਏ ਹੋ ਨਹੀਂ ਇਹਦੀ ਬਕਾਇਦਾ ਡਿਗਰੀ ਮਿਲਦੀ ਆ ਇਸ ਕੰਮ ਦੀ ਹੁਣ ਸਾਡੇ ਜਿਹੜੇ ਸਿਕੰਦਰ ਸਲੋਨ ਸਾਹਿਬ ਨੇ ਇਹਨਾਂ ਕੋਲ ਡਿਗਰੀ ਹੈ ਪ੍ਰੋਫੈਸਰ ਨੇ ਇਸ ਕੰਮ ਦੇ ਅੱਛਾ ਜੀ ਇੱਕ ਇੱਕ ਤੁਹਾਡੇ ਵਾਲ ਨੂੰ ਸਮਝਣਾ ਤੁਹਾਡੇ ਸਕਿਨ ਨੂੰ ਸਮਝਣਾ ਤੁਹਾਡੇ ਪੈਰਾਂ ਨੂੰ ਸਮਝਣਾ ਤੁਹਾਡੇ ਦਿਲ ਨੂੰ ਸਮਝਣਾ ਇਹ ਬੜੀ ਗੱਲ ਆ ਯਾਰ ਦਿਲ ਦਾ ਸਲੋਨ ਵਾਲੇ ਨਾਲ ਕੀ ਤਲਕ ਆ ਗਿਆ ਵੀ ਲੈ ਅਗਲਾ ਦਿਲ ਨਾਲ ਕੰਮ ਹੀ ਨਾ ਕਰੇ ਤੇ ਫਿਰ ਕੀ ਫਾਇਦਾ ਜਾਂ ਤੂੰ ਦਿਲ ਨਾਲ ਨਾ ਕਰਾਵੇਂ ਫਿਰ ਕੀ ਫਾਇਦਾ ਲਓ ਸਰ ਦੋਵੇਂ ਪੈਰ ਦਰਾਂ ਨਾ ਵਿੱਚ ਸੁੱਟੋ ਇਹਦੇ ਬਲਕਿ ਮੈਂ ਕਹਿੰਦਾ ਸਾਰੇ ਨੂੰ ਵਿੱਚ ਸੁੱਟੋ ਹੈਲੋ ਆਹ ਜੋ ਹੋਏਗਾ ਜੀ ਕੱਟੀ ਕੱਟਾ ਨਿਕਲ ਹੀ ਜਾਵੇ ਭਾਅ ਜੀ ਬਹੁਤੇ ਹਾਂ ਤਾਂ ਛੜਾ ਹੌਲੇ ਹੋ ਗਏ ਨਾ ਭਾਜੀ ਜਿੰਨੀ ਮੈਲ ਲੱਥੀ ਆ ਦਿਮਾਗ ਵੀ ਹੌਲਾ ਹੋ ਗਿਆ ਹੋਣਾ ਉਹ ਦੇਖੋ ਤੇ ਸਹੀ ਕੀ ਹੋਇਆ ਓਏ ਉਧਰ ਤਾਂ ਦੇਖ ਭਾਜੀ ਹੋ ਤਮੀਜ਼ ਨਾ ਯਾਰ ਤਮੀਜ਼ ਨਹੀਂ ਯਾਰ ਐਦੇ ਅਸੀਂ ਮਤਲਬ ਤੇਰੇ ਪੈਰ ਹੀ ਰੰਗ ਛੱਡਣ ਦੇ ਨਹੀਂ ਰੰਗ ਨਹੀਂ ਛੱਡਣ ਦੇ ਫਿਰ ਕੀ ਅੱਲਾ ਮਾਫੀ ਦੇਵੇ ਓਏ ਮੇਰਾ ਕੈਮੀਕਲ ਤੇਰੇ ਪੈਰਾਂ 'ਚ ਆ ਰਿਹਾ ਉਹ ਭਾਈ ਮੈਂ ਤੇ ਹਜੇ ਥੋੜਾ ਹੀ ਚਿਰ ਹੋਇਆ ਵਾ ਪੈਡੀਕੁਅਰ ਕਰਾਈ ਨਹੀਂ ਮੈਂ ਲੱਥ ਰਹੀ ਹੈ ਤੂੰ ਲੱਗਦਾ ਵੀ ਜ਼ਿੰਦਗੀ 'ਚ ਕਿਤੇ
ਕਿਤੇ ਸਾਬਣ ਲਾਇਆ ਹੋਵੇ, ਕਿਤੇ ਐਵੇਂ ਡਿੱਗ ਕੇ ਵੱਜ ਗਿਆ ਹੋਵੇ, ਖੁਸ਼ਕੀ ਲਾਤਾ ਹੋਵੇ, ਇੰਨੀ ਮੈਲ ਦੀ ਕਿਲਤ ਦਈ ਹੈ। ਨਹੀਂ ਕੁਦਰਤੀ ਅਮਲ ਆ, ਹੁਣ ਤੁਸੀਂ ਤੁਹਾਡਾ ਕੰਮ ਅੱਛਾ ਵਾ ਉਸ ਕਰਕੇ ਆ ਗਿਆ। ਵੇਖ ਪੁੱਤਰ, ਇਹਦੀ ਸਾਰੀ ਮੈਲ ਇਹਨੂੰ ਸ਼ੋਪਰ 'ਚ ਪਾ ਕੇ ਦੇ ਦੇਣੀ। ਭਾਈ ਨਾਂ ਕੀ ਤੁਹਾਡਾ? ਮੇਰਾ ਨਾਂ ਗੋਗਾ ਜੀ। ਗੋਗਾ ਜਿਹਦਾ ਨਾਂ ਹੋਵੇ ਉਹ ਕਦੀ ਇਹ ਕੰਮ ਕਰਾਉਂਦਾ ਜਿਹੜਾ ਤੂੰ ਕਰਾਉਂਦੇ ਆ? ਨਹੀਂ ਤੇ ਕੀ ਹੈ, ਸ਼ਾਨ ਕਰਾਉਂਦਾ ਵਾ ਜਾਂ ਕੋਈ ਮਤਲਬ ਬਹੁਤ ਵਧੀਆ ਨਾਂ ਹੋਵੇ, ਇਹ ਕਰਾਉਂਦਾ ਇਮਰਾਨ ਅਸ਼ਰਫ ਹੈ ਜਾਂ ਹਰੂਨ ਸਾਹਿਬ ਕਰਾਉਂਦੇ ਨੇ, ਇਹ ਆਤਫ ਅਸਲਮ ਕਰਾਵੇ, ਰਹਿਮਾਨ ਕੋ ਕਰਾਵੇ, ਤੂੰ ਕਦੇ ਲਈ ਕਰਾ ਰਿਹਾ ਯਾਰ? ਪੈਸੇ ਦੇਣੇ ਆ, ਕੰਮ ਕਰਾਉਣਾ ਵਾ, ਜੇ ਤੁਸੀਂ ਪੈਡੀਕਿਓਰ ਕੀਤਾ ਮਸ਼ੀਨ ਹੀ ਜਾਮ ਹੋ ਗਈ, ਉਹ ਚੱਲਣੀ ਨਹੀਂ। ਪੈਡੀਕਿਓਰ ਕੀਤਾ ਵਾ ਤੇ ਹੁਣ ਜੋ ਵੀ ਰਿਜ਼ਲਟ ਆਇਆ ਵਾ ਤੁਹਾਡੀ ਜ਼ਿੰਮੇਵਾਰੀ ਹੈ, ਮੇਰਾ ਤੇ ਕੋਈ ਕਸੂਰ ਨਹੀਂ ਆਇਆ। ਰਿਜ਼ਲਟ ਤੇਰਾ ਕੀ ਮਤਲਬ, 100% ਤੇਰਾ 100 ਚੋਂ 100 ਨੰਬਰ ਆ ਗਏ, ਉੱਠੇ ਤੋਂ ਭਾਈ ਇੱਥੇ ਭਾਈ ਪੈਰ ਕੱਢੋ ਆਪਣੇ ਬਾਹਰ ਕੱਢੋ, ਤੁਸੀਂ ਪੈਸੇ ਦਿੱਤੇ ਆ, ਪੈਸੇ ਅਸੀਂ ਦਿੱਤੇ ਆ, ਇਹ ਫੜੋ ਸਾਫ਼ ਹੀ ਕਰੋ ਨਾ, ਚੱਪਲ ਪਾਓ ਨਾ, ਸਾਫ਼ ਤੇ ਕਰੋ, ਸਾਫ਼ ਕਰ ਮਰੇ, ਤੂੰ ਇਹਨੂੰ ਸਾਫ਼ ਕਰ, ਉੱਠ ਨਾ ਮੇਰਾ ਭਰਾ। ਹੈਲੋ ਭਾਈ, ਤਮੀਜ਼ ਤਮੀਜ਼ ਕਰੋ ਭਾਈ, ਤਮੀਜ਼ ਭਾਈ ਮੇਰਾ ਭਰਾ, ਇਹ ਤੂੰ ਨਾ ਇਧਰ ਉੱਥੇ ਜਾ ਕੇ ਨਾ ਪਿੰਡ 'ਚ ਟੂਬਵੈਲ ਚਲਾ ਕੇ ਨਾ ਤੇ ਖੁੱਲ੍ਹੇ ਪਾਣੀ ਦੇ ਵਿੱਚ ਨਹਾ, ਬੇੜਾ ਹੀ ਕਰ।